ਹਿੰਦੂ ਵੀ ਨਾਲ ਆਏ ਨੇ ਜਿਨ੍ਹਾਂ ਨੇ ਪਰਸੋਂ ਰੋਜ ਤੋਂ ਤੁਰਕੀ ਬਾਣੀ ਦਾ ਪਾਠ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਿੰਘ ਸਾਹਿਬ ਜੀ ਆਏ ਨੇ, ਪੰਜ ਪਿਆਰੇ ਆਏ ਨੇ, ਹੋਰ ਬਹੁਤ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਆਈਆਂ ਨੇ। ਸਰਦਾਰ ਸਕੱਤਰ ਸਿੰਘ ਜੀ, ਸੋ ਸਕੱਤਰ ਸੁਕੈਂਡ ਫਲੈਂਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹ ਵੀ ਆਏ ਨੇ। ਪ੍ਰਧਾਨ ਸਾਹਿਬ ਜੀ ਵੱਲੋਂ ਮਾਣਯੋਗ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ, ਹੁਣ ਆਪ ਵੀ ਇੱਥੇ ਪਹੁੰਚਣਾ ਸੀ ਪਰ ਕਿਸੇ ਕਾਰਨ ਕਰਕੇ ਉਹਨਾਂ ਨੂੰ ਜ਼ਰੂਰੀ ਰੁਝੇਵਾਂ ਹੋਣ ਕਰਕੇ ਸਤ ਸੰਗਤ ਜੀ ਉਹ ਕੈਨੇਡਾ ਨੂੰ ਰਵਾਨਾ ਹੋ ਗਏ। ਉਹਨਾਂ ਨੇ ਸਰਦਾਰ ਸਕੱਤਰ ਸਿੰਘ ਜੀ ਦੀ ਡਿਊਟੀ ਲਾਈ ਹੈ, ਇਹ ਆਪਣੀ ਟੀਮ ਨੂੰ ਨਾਲ ਲੈ ਕੇ ਇੱਥੇ ਕੱਲ੍ਹ ਰੋਜ਼ ਤੋਂ ਪਹੁੰਚੇ ਨੇ। ਬੜਾ ਮਨ ਖੁਸ਼ ਹੋਇਆ ਆਪ ਸੰਗਤਾਂ ਦੇ ਦਰਸ਼ਨ ਕਰਕੇ। ਰਾਤ ਜਦੋਂ ਮਹਾਂਪੁਰਖਾਂ ਦੇ ਨਾਲ ਅਸੀਂ ਸਾਰੇ ਹੀ ਇਕੱਤਰ ਹੋ ਕੇ ਆਏ, ਨੌਜਵਾਨਾਂ ਨੇ ਸਤ ਸੰਗਤ ਜੀ ਔਰ ਨੌਜਵਾਨਾਂ ਨੇ ਅੱਗੇ ਲੱਗ ਕੇ ਮੋਟਰਸਾਈਕਲਾਂ 'ਤੇ ਬੜਾ ਸਵਾਗਤ ਕੀਤਾ ਨੌਜਵਾਨਾਂ ਨੂੰ, ਔਰ ਇਹ ਸਿੱਖੀ ਨੂੰ ਵੇਖ ਕਰਕੇ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਪ੍ਰਸੰਨਤਾ ਹੋਈ ਹੈ। ਗੁਰੂ ਰਾਮਦਾਸ, ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ, ਇਸੇ ਤਰ੍ਹਾਂ ਇਹ ਨੇਪਾਲ ਦੇ ਵਿੱਚ ਜੋ ਸਿੱਖ ਵੱਸਦੇ ਨੇ ਇਹ ਸਿੱਖੀ ਨੂੰ ਹਰਿਆ ਭਰਿਆ ਰੱਖਣ, ਪ੍ਰਫੁੱਲਤਾ ਰੱਖਣ, ਇਹਨੀਆਂ ਕੁ ਬੇਨਤੀਆਂ। ਸਤਿ ਸੰਗਤ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਪੰਜ ਪਿਆਰੇ ਪਹੁੰਚ ਚੁੱਕੇ ਨੇ, ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਆਪ ਜੀ ਅੰਮ੍ਰਿਤ ਛਕ ਕੇ ਜਿਵੇਂ ਸਤਿਕਾਰ ਜੋ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਰਸਾ ਰਹੇ ਸੀ, ਕੱਲ੍ਹ ਸਤਿਗੁਰਾਂ ਦਾ ਜੋਤੀ ਜੋਤ ਗੁਰਪੁਰਬ ਮਨਾਇਆ ਗਿਆ ਹੈ। ਸਤਿਗੁਰਾਂ ਨੇ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਨਾਲ ਹੁਕਮ ਕੀਤਾ ਸੀ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਕੇ ਅੰਮ੍ਰਿਤ ਛਕ ਕੇ ਤਿਆਰ ਵਰਤਿਆਰ ਹੋਈਏ ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਰਹਿਮਤ ਕਰਨਗੇ। ਜਦੋਂ ਆਪਾਂ ਗੁਰੂ ਵਾਲੇ ਬਣਾਂਗੇ, ਗੁਰੂ ਸਾਡੀ ਬਾਂਹ ਫੜੇਗਾ, ਅਸੀਂ ਅੱਗੇ ਸੰਸਾਰ ਦੇ ਨਾਲ ਮਿਲ ਜੁਲ ਕੇ ਵਧਾ ਫੁੱਲਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਨ ਕੋਟ ਸ਼ੁਕਰ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਤਿਕਾਰਯੋਗ ਮਹਾਂਪੁਰਖਾਂ ਦਾ ਧੰਨਵਾਦ, ਸਿੰਘ ਸਾਹਿਬਾਨ ਜੀ ਦਾ, ਪੰਜ ਪਿਆਰੇ ਔਰ ਸਟੇਜ ਸੈਕਟਰੀ ਸਰਦਾਰ ਸਤਿੰਦਰ ਸਿੰਘ ਜੀ, ਉਹਨਾਂ ਦਾ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਕਿਰਪਾ ਕਰਨ, ਆਪ ਵਧੋ ਫੁੱਲੋ, ਸਿੱਖੀ ਨੂੰ ਕਾਇਮ ਰੱਖੋ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ